ਪਵਨੂ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਇਕ ਮਿੱਟੀ ਮਿੱਟੀ ਵਿੱਚ ਚਲੀ ਜਾਏਗੀ ਪਵਨ ਪਣ ਵਿੱਚ ਚਲੀ ਜਾਏਗੀ ਹਵਾ ਹਵਾ ਵਿੱਚ ਚਲੀ ਜਾਏਗੀ ਅਗ ਅਗ ਵਿੱਚ ਚਲੀ ਜਾਏਗੀ ਬਾਕੀ ਕੀ ਰਹਿ ਜਾਏਗਾ ਬਾਕੀ ਸਾਡੀ ਸੁਰਤ ਜੋ ਜੋਤ ਹੈ ਉਹ ਤੇ ਪਰਮਾਤਮਾ ਵਿੱਚ ਚਲੀ ਜਾਏਗੀ ਜਿਉਂਦੇ ਜੀ ਅਸੀਂ ਉਸ ਜੋਤ ਵਿੱਚ ਲਿਵਲਿਨ ਹੋਣਾ ਸੀ ਜਿਉਂਦੇ ਜੀ ਉਸ ਜੋਤ ਨੂੰ ਪਰਮ ਜੋਤ ਵਿੱਚ ਲਿਵਲਿਨ ਕਰਨਾ ਸੀ ਜਿਉਂਦੇ ਜੀ ਮਰਨ ਤੋਂ ਬਾਅਦ ਜੋਤ ਜੋਤੀ ਮੇਂ ਜੋਤ ਰਲ ਜਾਇਆਏ ਗੁਰਬਾਣੀ ਅਟਲ ਸਾਈਂ ਦੱਸਦੀ ਐ ਇਹ ਕਲਪਨਾਵਾ ਅਸੀਂ ਬਣਾਈਆਂ ਨੇ ਕਿ ਮਰਨ ਤੋਂ ਬਾਅਦ ਉਹ ਜੁਨ ਚਲੇ ਗਿਆ ਉਹ ਜੁਨ ਚਲੇ ਗਿਆ ਸਾਡੇ ਆਲੇ ਦੋਲੇ ਜੁਨਾ ਹੈ ਨ ਬਿਆਨਤ ਜੁਨਾ ਨਹੀਂ ਸਾਡੇ ਆਲੇ ਦੋਲੇ ਹਾਂ ਉਹ ਬੰਦਾ ਜਿਉਂਦੇ ਜੀ ਜੁਨਾ ਚ ਵਿਚਰਦੇ ਜਿਉਂਦੇ ਜੀ ਜੇ ਅੰਦਰ ਲੋਭ ਆ ਗਿਆ ਆਪਾਂ ਕਹਿੰਦੇ ਤੇ ਕੁੱਤੇ ਵਾਂਗੂ ਹਲਕਿਆ ਹੀ ਫਿਰਦਾ ਅੰਦਰ ਉਹਦੇ ਮਾਇਆ ਦਾ ਲਾਲਚ ਆ ਗਿਆ ਸੀ ਕਹਿੰਦੇ ਤੇ ਸੱਪ ਵਾਂਗੂ ਜਫਾਈ ਮਾਰ ਕੇ ਬੈਠਾ ਹੋਇਆ ਜਿਉਂਦੇ ਜੀ ਜੁਨਾ ਚ ਸਾਡੀ ਸੁਰਤ ਫਿਰਦੀ ਐ ਜੁੁੰਦੇ ਜੀ ਸੁਰਤ ਨੇ ਸੱਚ ਦਾ ਆਨੰਦ ਮੰਨਣਾ ਸੀ ਇਹ ਜ਼ਿੰਦਗੀ ਗੋਬਿੰਦ ਦਾ ਆਨੰਦ ਮੰਨਣ ਦੇ ਲਈ ਸੀ ਪਰਮ ਆਨੰਦ ਮੰਨਣ ਦੇ ਲਈ ਸੀ ਸੀ ਇਹ ਜ਼ਿੰਦਗੀ ਜਿਹੜੀ ਐਵੇਂ ਦੁੱਖਾਂ 'ਚ ਧੂਕ ਸੀਟ ਕੇ ਬਤੀਤ ਕਰ ਦਿੱਤੀ ਜਿਹੜਾ ਮੌਕਾ ਸੀ ਆਨੰਦ ਮੰਨਣ ਦਾ ਉਥੇ ਪਰੇਸ਼ਾਨੀਆਂ 'ਚ ਬਤੀਤ ਹੋ ਗਿਆ ਹੁਣ ਬੰਦਾ ਮਰਨ ਕਿਨਾਰੇ ਕੋ ਜੀ ਨੇੜੇ ਦੇ ਹੋ ਕੇ ਪਾਠ ਕਰੋ ਅਰਦਾਸ ਕਰੋ ਉਦੋਂ ਬਾਅਦ ਇਹ ਕਰ ਲੋ ਕਿਤੇ ਇਹਨੂੰ ਸੱਚਖੰਡ ਵਾਸਾ ਮਿਲ ਜੇ ਮੇਰੇ ਵਰਗੇ ਨੇ 500 ਦਾ ਨੋਟ ਲੈ ਕੇ ਕਹਿਣਾ ਵਾਹਿਗੁਰੂ ਜੀ ਇਹਨੂੰ ਸੱਚਖੰਡ ਵਾਸ ਦੇ ਦੇ ਉਹਦਾ ਕੀ ਵਿਗੜਦਾ ਹੈ ਜਿੱਦਾਂ ਮਿਲ ਲੱਗੇ ਤੇ ਮੈਂ ਤੇ ਸਾਰਿਆਂ ਨੂੰ ਸੱਚਖੰਡ ਭੇਜ ਦੇਵਾਂ ਔਰ ਬਹੁਤਾ ਧਰਤੀ ਤੇ ਪ੍ਰਿਸ਼ਟਾਚਾਰ ਧਾਰਮਿਕ ਲੋਭਾਂ ਕਰਕੇ ਵਸਰਿਆ ਜਦੋਂ ਅਸੀਂ ਅਰਦਾਸ ਕਰਦੇ ਨੂੰ ਸੱਚਖੰਡ ਭੇਜ ਦਿਓ ਤੇ ਜਿਉਂਦਾ ਬੰਦਾ ਕਹਿੰਦਾ ਚਲ ਭਾਈ ਸਾਹਿਬ ਨੇ ਅਰਦਾਸ ਤੇ ਕਰ ਹੀ ਦੇਣੀ ਸੱਚਖੰਡ ਦੀ ਜੋ ਮਰਜ਼ੀ ਕਰ ਲਓ ਕੋਈ ਗੱਲ ਨਹੀਂ ਕੰਮ ਤੇ ਸੌਖਾ ਹੀ ਹੈ ਕਿਉਂਕਿ ਸੱਚਖੰਡ ਤਾਂ ਮਿਲ ਹੀ ਜਾਣਾ ਹੈ ਜਿਉਂਦੇ ਜੀ ਜਿਹੜੇ ਮਰਜ਼ੀ ਕਰਮ ਕਰੀ ਜਾਓ ਜਿਉਂਦੇ ਜੀ ਜਿੰਨਾ ਚਿਰ ਤੁਸੀਂ ਸੱਚ ਨਾਲ ਨਹੀਂ ਜੁੜੋਗੇ ਜਿਉਂਦੇ ਜੀ ਜੇ ਤੁਸੀਂ ਸੱਚ ਨਹੀਂ ਸੁਣੋਗੇ ਜੁਹੁੰਦੇ ਜੀ ਜੇ ਸੱਚ ਦੇ ਮਾਰਗ ਤੇ ਨਹੀਂ ਚਲੋਗੇ ਜੁਹੁੰਦੇ ਜੀ ਜੇ ਤੁਸੀਂ ਸੱਚ ਦਾ ਸਾਥ ਨਹੀਂ ਦਿਓਗੇ ਮਾਫ ਕਰਨਾ ਜਿੰਨੀਆਂ ਮਰਜ਼ੀ ਅਰਦਾਸਾਂ ਕਰ ਲਓ ਤੁਸੀਂ ਕਦੀ ਵੀ ਸੱਚਖੰਡ ਨਹੀਂ ਪਹੁੰਚ ਸਕਦੇ ਸੁਰਤ ਨਹੀਂ ਸੱਚਖੰਡ ਜਾਣਾ ਸੀ ਇਹ ਜ਼ਿੰਦਗੀ ਸੱਚਖੰਡ ਲੈ ਬਲੀਨ ਹੋਣ ਲਈ ਜ਼ਿੰਦਗੀ ਜ਼ਿੰਦਗੀ ਦੁਰਲਭ ਕਿਉਂ ਹੈ ਜ਼ਿੰਦਗੀ ਇਸ ਲਈ ਦੁਰਲਭ ਹੈ ਕਿ ਮੁੜ ਕੇ ਨਹੀਂ ਮਿਲਣੀ ਤੇ ਜ਼ਿੰਦਗੀ ਕਾਦੇ ਲਈ ਮਿਲੀ ਹੈ ਦੁੱਖ ਚੱਲਣ ਲਈ ਮਿਲੀ ਹੈ ਜ਼ਿੰਦਗੀ ਕੋ ਪੈਸੇ ਇਕੱਠੇ ਕਰਨ ਲਈ ਮਿਲੀ ਹੈ ਜ਼ਿੰਦਗੀ ਕੋ ਰੋਗਾਂ ਚ ਪੀੜਤ ਹੋ ਕੇ ਕਿ ਹਸਪਤਾਲਾਂ ਚ ਬੈਠਣ ਲਈ ਮਿਲੀ ਹੈ ਜ਼ਿੰਦਗੀ ਮਿਲੀ ਸੀ ਅਸੀਂ ਆਨੰਦ ਮਾਣਦੇ ਜਿੰਦਗੀ ਦਾ ਤੇ ਜ਼ਿੰਦਗੀ ਦਾ ਆਨੰਦ ਤੇ ਤਾਂ ਅਸੀਂ ਮਾਣਾਂਗੇ ਜੇ ਨਹੀਂ ਮਾਣਾਂਗੇ ਜਿਹੜੀ ਗੱਲ ਸਤਗੁਰੂ ਜੀ ਨੇ ਕਹੀ ਨਾ ਕਿ ਜਨਮ ਆਕਾਰਥ ਕੀਨ ਜੇ ਗੋਵਿੰਦ ਦੇ ਪਿਆਰ ਚ ਨਹੀਂ ਜੁੜੇ ਤੇ ਜ਼ਿੰਦਗੀ ਬਿਰਥਾ ਚਲੀ ਜਾਏਗੀ ਬਿਰਥਾ ਕੋਈ ਬੰਦਾ ਕਹੇ ਕਿ ਚਲੋ ਜ਼ਿੰਦਗੀ ਬਿਰਥਾ ਚੱਲ ਗਈ ਮਰਨ ਵੇਲੇ ਤੇ ਪਾਠ ਕਰ ਲਿਆ ਸੁਣ ਲਿਆ ਮਰਨ ਵੇਲੇ ਤੇ ਕਿਸੇ ਨੇ ਅਰਦਾਸ ਕਰਤੀ ਹੁਣ ਤੇ ਅਸੀਂ ਸਜਖਣ ਚੱਲ ਗਏ ਫਿਰ ਜ਼ਿੰਦਗੀ ਬਿਰਥਾ ਹੈ ਜ਼ਿੰਦਗੀ ਬਿਰਥਾ ਕਿਵੇਂ ਚੱਲੀ ਗਈ ਕਿ ਜ਼ਿੰਦਗੀ ਚ ਅਸੀਂ ਆਨੰਦ ਚ ਲਿਵਲੀਨ ਹੋਣਾ ਸੀ ਆਨੰਦ ਵਿੱਚ ਸੱਚ ਵਿੱਚ ਅਪੇਧ ਹੋਣਾ ਸੀ ਹੁਣ ਜ਼ਿੰਦਗੀ ਭਰ ਤੇ ਆਪਾਂ ਅਪੇਧ ਹੋਏ ਨਾ ਜਦੋਂ ਸਾਨੂੰ ਮੌਕਾ ਮਿਲਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਜ਼ਿੰਦਗੀ ਗੋਬਿੰਦ ਨੂੰ ਮਿਲਣ ਦੀ ਇੱਕ ਵਾਰੀ ਸੀ ਮੌਕਾ ਸੀ ਚਾਂ ਸੀ ਉਹ ਅਸੀਂ ਸੰਭਾਲਿਆ ਨਾ ਅਸੀਂ ਹੋਰ ਬੰਨੇ ਤੁਰੇ ਰਹੇ ਤੇ ਸਾਨੂੰ ਇੱਕ ਲਾਰਾ ਲਾਇਆ ਗਿਆ ਕਿ ਮਰਨ ਤੋਂ ਬਾਅਦ ਬੈਕੁੰਠ ਮਰਨ ਤੋਂ ਬਾਅਦ ਬੇਸਥ ਮਰਨ ਤੋਂ ਬਾਅਦ ਸੱਚਖੰਡ ਇੱਥੇ ਆ ਕੇ ਮਨੁੱਖ ਨੂੰ ਗੁੰਮਰਾ ਕੀਤਾ ਗਿਆ ਗੁਰਬਾਣੀ ਗੁੰਮਰਾ ਨਹੀਂ ਕਰਦੀ ਗੁਰਬਾਣੀ ਕਹਿੰਦੀ ਹੈ ਮਰਨ ਮੁਕਤ ਕინ ਪਾਈ ਉਹ ਮਰਨ ਤੋਂ ਬਾਅਦ ਵੀ ਕਦੀ ਮੁਕਤੀ ਮਿਲੀ ਹੈ ਜੀਵਨ ਮੁਕਤ ਜਸਰਦਾ ਭਗਵੰਤ ਪ੍ਰਭ ਕੀ ਆਗਿਆ ਆਤਮਹਿਤਾ ਹੈ ਜੀਵਨ ਮੁਕਤ ਸੋ ਕਹਾਵੇ ਜਿਉਂਦੇ ਜੀ ਮੁਕਤੀ ਪ੍ਰਾਪਤ ਕਰਨੀ ਹੈ ਜਿਉਂਦੇ ਜੀ ਸੱਚਖੰਡ ਵਸੈ ਨਿਰੰਕਾਰ ਸਾਡੀ ਸੁਰਤ ਜਿਹੜੀ ਐ ਉਸ ਖੰਡ ਵਿੱਚ ਸੱਚ ਦੇ ਖੰਡ ਚ ਪਹੁੰਚੇ ਜਿੱਥੇ ਨਿਰੰਕਾਰ ਵਸਦਾ ਜਿਉਂਦੇ ਜੀ ਸਾਡੀ ਸੁਰਤ ਉੱਥੇ ਪਹੁੰਚੇ ਜਦੋਂ ਗੁਰੂ ਕਾ ਸਿੱਖ ਗੁਰਬਾਣੀ ਪੜ੍ਹਦਾ ਜਦੋਂ ਗੁਰੂ ਦਾ ਪ੍ਰਭੂ ਦਾ ਪਿਆਰਾ ਸਤ ਸੰਗਤ ਵਿੱਚ ਆ ਕੇ ਗੁਰਬਾਣੀ ਚ ਆਪਣੀ ਸੁਰਤ ਜੋੜਦਾ ਉਦੋਂ ਸੱਚਖੰਡ ਦੇ ਉਹ ਨਜ਼ਾਰੇ ਮਾਣ ਰਿਆ ਹੁੰਦਾ ਉਹ ਸੱਚਖੰਡ ਵਿੱਚ ਲਿਵਲਿਨ ਹੁੰਦਾ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਸਾਧ ਸੰਗਤ ਬੈਕੁੰਠ ਹੈ ਭਾਈ ਆ ਸਾਧ ਸੰਗਤ ਬੈਕੁੰਠ ਹੈ ਸਾਡੇ ਤੇ ਸਤਗੁਰ ਜੀ ਨੇ ਵੱਡੇ ਪੱਧਰ ਤੇ ਕਿਰਪਾ ਕੀਤੀ ਬਾਬਾ ਕਬੀਰ ਸਾਹਿਬ ਦੀ ਸਾਧ ਸੰਗਤ ਵੈਕੁੰਠ ਦੀ ਗੱਲ ਗੁਰਬਾਣੀ ਚਾਪਣੀ ਚ ਰਚਨਾ ਚ ਬੜੀ ਵਡਿਆਈ ਕਰਦੇ ਨੇ ਸਾਧ ਸੰਗਤ ਦੀ ਭਗਤ ਨਾਮਦੇਵ ਜੀ ਨੇ ਵਡਿਆਈ ਕੀਤੀ ਸਾਧ ਸੰਗਤ ਦੀ ਪਰ ਮੈਨੂੰ ਨਹੀਂ ਪਤਾ ਕਬੀਰ ਪੰਥੀਆਂ ਨੇ ਇਹ ਸਾਧ ਸੰਗਤ ਵਾਲੇ ਇਹ ਇਹ ਸੰਸਥਾ ਨੂੰ ਕਿੰਨੇ ਵੱਡੇ ਪੱਧਰ ਤੇ ਪ੍ਰਚਾਰਿਆ ਹੋਇਆ ਇਹ ਗੱਲ ਗੁਰੂ ਨਾਨਕ ਦੇਵ ਕਰਜ ਪ੍ਰਚਾਰੀ ਗਈ ਥਾਂ ਥਾਂ ਤੇ ਸਤ ਸੰਗਤਾਂ ਕਾਇਮ ਕੀਤੀਆਂ ਗਈਆਂ ਪਰ ਇਹ ਗੱਲ ਚੇਤੇ ਰੱਖੀਏ ਮੋਣ ਸਾਡੀ ਇਹ ਸੰਸਥਾ ਇਸ ਬੰਨੇ ਤੋਂ ਸਾਡੀ ਲਾਪਰਵਾਹੀ ਹੋ ਰਹੀ ਹੈ ਸਾਧ ਸੰਗਤ ਵਾਲਾ ਜਿਹੜਾ ਸਾਡਾ ਪਖ ਹੈ ਉਹ ਕਮਜ਼ੋਰ ਹੋ ਰਿਹਾ ਹੈ ਬਾਬਾ ਨਾਨਕ ਜੀ ਨੇ ਕਿਹਾ ਸੀ ਸਾਡੇ ਕੋ ਇਕੋ ਹੀ ਕਰਾਮਾਤ ਹੈ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਸਤਗੁਰੂ ਜੀ ਨੇ ਇਕੋ ਇਹ ਗੱਲ ਕਹੀ ਸੀ ਪ੍ਰਮਾਤਮਾ ਤੱਕ ਪਹੁੰਚਣਾ ਪਾਠ ਪੜਿਓ ਔਰ ਬੇਦ ਵਿਚਾਰੋ ਨਿਵਲ ਭਿੰਗਮ ਸਾਦੇ ਪੰਜ ਨਾਸਿਓ ਸੰਗ ਨਾ ਛੁਟਕਿ ਅਦਕ ਅਹੰਗ ਬਦ ਬਾਦ ਦੇ ਪਿਆਰੇ ਇਨ ਬਿਦ ਮਿਲ ਨਾ ਜਾਈ ਫਿਰ ਉਹ ਕਿਹੜੀ ਵਿਧੀ ਸੀ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਸਭ ਤੋਂ ਉਤਮ ਕਰਮ ਹੈ ਹਰੀ ਦੀ ਕੀਰਤੀ ਸਤ ਸੰਗਤ ਵਿੱਚ ਆਉਣਾ ਇਹ ਪੱਖ ਸਾਡਾ ਕਮਜ਼ੋਰ ਹੋ ਰਿਹਾ ਹੈ ਅਪ ਦੇਖਦੇ ਹਾਂ ਗੁਰੂ ਅਸਥਾਨ ਬੇਅੰਤ ਨੇ ਵਾਹਿਗੁਰੂ ਦੀ ਬਖਸ਼ਿਸ਼ ਹੈ ਸੋਨੇ-ਸੋਨੇ ਨੇ ਵੱਡੇ-ਵੱਡੇ ਨੇ ਬੜੇ-ਬੜੇ ਕੀਮਤੀ ਬਣਾਏ ਨੇ ਅਸੀਂ ਪਰ ਸਤ ਸੰਗਤ ਵਾਲਾ ਪੱਖ ਸਾਡਾ ਬਹੁਤ ਪਿੱਛੇ ਜਾ ਰਿਹਾ ਹੈ ਸਾਡਾ ਕੌਮੀ ਤੌਰ ਤੇ ਨਿਗਰਨ ਦਾ ਕਾਰਨ ਸਾਡਾ ਪਰਿਵਾਰਕ ਤੌਰ ਤੇ ਪਛੜਨ ਦਾ ਕਾਰਨ ਜਾਂ ਸਾਡਾ ਜੀਵਨ ਦੇ ਪੱਖ ਤੋਂ ਢਿੱਲੇ ਹੋਣ ਦਾ ਕਾਰਨ ਇਹ ਹੈ ਕਿ ਸਾਡਾ ਸਤ ਸੰਗਤ ਵਾਲਾ ਪੱਖ ਕਮਜ਼ੋਰ ਹੋ ਰਿਹਾ ਹੈ ਆਓ ਆਪਾਂ ਸਤ ਸੰਗਤ ਦੀ ਮਹਾਨਤਾ ਨੂੰ ਸਮਝੀਏ ਤੇ ਲੋਕਾਂ ਨੂੰ ਵੀ ਸਮਝਾਈਏ ਗੁਰਬਾਣੀ ਸੰਗਤ ਹੀ ਸਾਡੀ ਜ਼ਿੰਦਗੀ ਵਿੱਚ ਸਾਨੂੰ ਆਤਮਿਕ ਤੌਰ ਤੇ ਸਾਨੂੰ ਮਾਨਸਿਕ ਤੌਰ ਤੇ ਸਾਨੂੰ ਏਮੋਸ਼ਨਲ ਤੌਰ ਤੇ ਮਜ਼ਬੂਤ ਕਰ ਸਕਦੀ ਹੈ ਵਡਿਆ ਕਰ ਸਕਦੀ ਸਟਰੋਂਗ ਕਰ ਸਕਦੀ ਹੈ बाबा ਕਬੀਰ ਸਾਹਿਬ ਜੀ ਕਹਿੰਦੇ ਜੇ ਬੈਕੁੰਠ ਦੇ ਨਜ਼ਾਰੇ ਮੰਨਣੇ ਨੇ ਐਵੇਂ ਕੀ ਦੀਗ ਦੇ ਰੋ ਕਿ ਕਦੋਂ ਮਰੀਏ ਤੇ ਫਿਰ ਬੈਕੁੰਠ ਜਾਈਏ ਕਿੰਨਾ ਲੰਮਾ ਸਮਾਂ ਕਦੋਂ ਮਰੀਏ ਤੇ ਕਦੋਂ ਜਾਈਏ ਲੋੜ ਹੀ ਨਹੀਂ ਐ ਡੀਕਣ ਦੀ ਆਓ ਸਾਧ ਸੰਗਤ ਵਿੱਚ ਜੜ ਜਾਓ ਸਾਧ ਸੰਗਤ ਵਿੱਚ ਬੈਕੁੰਠ ਹੈ ਸਤਗੁਰੂ ਜੀ ਦੇ ਚਰਨਾਂ ਚ ਅਰਦਾਸ ਕਰੀਏ ਰੋਜ਼ ਸਤ ਸੰਗਤ ਨਾਲ ਜੁੜਿਆ ਕਰੀਏ ਘਰ ਬੈਠਿਆਂ ਵੀ ਤੇ ਇੱਥੇ ਵੀ ਘਰ ਵੀ ਸਤ ਸੰਗਤ ਬਣ ਜਾਂਦਾ ਏਕ ਸਿੱਖ ਦੁਏ ਸਾਧ ਸੰਗਤ ਪੰਨੀ ਪਰਮੇਸ਼ਰ ਜਦੋਂ ਘਰੇ ਬੈਠ ਕੇ ਪਰਵਾਰ ਦੇ ਜੀ ਬੈਠ ਕੇ ਗੁਰਬਾਣੀ ਪੜ੍ਹਦੇ ਆਂ ਪ੍ਰਭੂ ਦੀ ਗੱਲ ਕਰਦੇ ਆਂ ਘਰ ਚੀ ਸਾਧ ਸੰਗਤ ਵੈਕੁੰਠ ਬਣ ਜਾਂਦਾ ਹੈ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸੋਵਾ ਕਿੱਡੀ ਵੱਡੀ ਦਾਤ ਦਿੱਤੀ ਸਾਡੇ ਗੁਰੂ ਨੇ ਹਰ ਮਨੁੱਖ ਦਾ ਹਿਰਦਾ ਧਰਮ ਸਾਲ ਸੱਚਖੰਡ ਹਰ ਮਨੁੱਖ ਦਾ ਘਰ ਧਰਮ ਸਾਲ ਸੱਚਖੰਡ ਅਸੀਂ ਤੇ ਸਾਰੀ ਧਰਤੀ ਨੂੰ ਧਰਮ ਸਾਲ ਬਣਾਉਣਾ ਹੈ ਗੁਰੂ ਚਰਣਾ ਚਰਦਾਸ ਕਰੀਏ ਨੀਆਂ ਬੇਨਤੀਆਂ ਪ੍ਰਮਾਨ ਕਰਨੀਆਂ ਸਤਗੁਰੂ ਜੀ ਦੇ ਚਰਨਾਂ ਤੋਂ ਇਹ ਦਾਤ ਮੰਗੀਏ ਸਾ ਮਤ ਦੇਹੁ ਦਿਆਲ ਪ੍ਰਭ ਜਿਤ ਤੁਮੇ ਅਰਾਧਾ ਨਾਨਕ ਮੰਗੇ ਦਾਨ ਪ੍ਰਭ ਰੀਨ ਪਗ ਸਾਦਾ ਪੁੱਲ ਚੁਕਦੀ ਖਿਮਾ ਕਰਨੀ ਜੀ ਸਤਗੁਰ ਸੱਚੇ ਪਾਤਸ਼ਾਹ ਜੀ ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਦਰੋਂ ਕਰੋਨਾ ਬਾਣੀ ਦਾ ਪਿਆਰ ਬਖਸ਼ਿਸ਼ ਕਰਨ ਆਪਣੀ ਚਰਨਾਂ ਦੀ ਪ੍ਰੀਤ ਬਖਸ਼ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ ਪਿਆਰ ਅਦਬ ਸਹਿ ਸਾਰੇ ਹੀ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ